ਪਰ ਜਿਹੜਾ ਕਮਲਨਾਥ ਨੂੰ ਬੁਲਾਇਆ ਹੈ ਨਾ ਕਮਲਨਾਥ ਜਿਹੜਾ ਸਾਡੀ ਹਿਸ਼ਤੀ ਦੇ ਵਿੱਚ ਬਹੁਤ ਵੱਡਾ ਦਾਗੀ ਬੰਦਾ ਤੇ ਦੋਸ਼ੀ ਬੰਦਾ ਹੈਗਾ ਜਿਹੜਾ ਬੰਦਾ ਸਿੱਖ ਕਤਲੇਆਮ 1984 ਸਿੱਖ ਕਤਲੇਆਮ ਦੇ ਨਾਲ ਸੰਬੰਧਿਤ ਹੈਗਾ ਤੇ ਇਸ ਗੱਲ ਦਾ ਦੋਸ਼ੀ ਵੀ ਹੈਗਾ ਤੇ ਮੈਂ ਫੋਨ ਕਰਕੇ ਦੌਰ ਤੋਂ ਪਤਾ ਕੀਤਾ ਆਪਣੇ ਸੱਜਣ ਮਿੱਤਰਾਂ ਤੋਂ ਪਤਾ ਲੱਗਾ ਹੈ ਵੀ ਉੱਥੇ ਇਹ ਘਟਨਾ ਜਿਹੜੀ ਵਾਕਿਆ ਹੀ ਵਾਪਰੀ ਹੈਗੀ ਆ ਤੇ ਉਹ ਹਾਲਾਂਕਿ ਕਹਿੰਦੇ ਉਹ ਪੰਡਾਲ ਤੋਂ ਬਾਹਰ ਸੰਗਤ ਦੀ ਕੋਈ ਵੀ ਗੱਡੀ ਜਿਹੜੀ ਅੰਦਰ ਨਹੀਂ ਜਾਣ ਦਿੱਤੀ ਜਾਂਦੀ ਤੇ ਇਹ ਕਮਨ ਲਾਹਤ ਤੇ ਇਹਦੀਆਂ ਸਿਕਿਉਰਿਟੀ ਦੀਆਂ ਗੱਡੀਆਂ ਜਿਹੜੀਆਂ ਸਾਰੇ ਲੋਕ ਜਿਹੜੇ ਅੰਦਰ ਗਏ ਤੇ ਉਹਦੀ ਸਿਕਿਉਰਿਟੀ ਵਾਲੇ ਜਿਹੜੇ ਹੀ ਉਹ ਅੰਦਰ ਜਾਣ ਦੀ ਮਰਿਆਦਾ ਦਾ ਤੇ ਪਤਾ ਹੋਣਾ ਚਾਹੀਦਾ ਕਿ ਕਿਵੇਂ ਜਾਣਾ ਹੈਗਾ ਉਹ ਸਾਰੇ ਨਗੇ ਸੇਰੀ ਗਏ ਸੀਗੇ ਤੇ ਸੰਗਤ ਦੇ ਵਿੱਚ ਵੀ ਸੰਗਤ ਨੂੰ ਹਟਾ ਟਾ ਕੇ ਰੋਕ ਰੋਕ ਕੇ ਰਾਹ ਦੇ ਵਿੱਚੋਂ ਲਾਂਬੇ ਕਰਕੇ ਤੇ ਉਹਨਾਂ ਨੂੰ ਇਹਨਾਂ ਨੇ ਅੱਗੇ ਕੱਢਣ ਦਾ ਯਤਨ ਕੀਤਾ ਤੇ ਸੰਗਤ ਵੀ ਉਹਦੇ ਚ ਕਾਫੀ ਜ਼ਿਆਦਾ ਡਿਸਟਰਬ ਹੋਈ ਕਹਿੰਦੇ 50-55 ਹਜ਼ਾਰ ਦਾ ਇਕੱਠ ਸੀਗਾ ਗੁਰਨਾਮ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਅੰਦਰ ਇਸ ਖਾਲਸਾ ਕਾਲੀ ਦੇ ਵਿੱਚ ਤੇ ਉੱਥੇ ਇਹਨਾਂ ਨੇ ਕਮਲਨਾਥ ਨੂੰ ਬੁਲਾਇਆ ਹੈਗਾ ਗੁਰੂ ਘਰ ਦੇ ਵਿੱਚ ਸੰਗਤ ਤੋਂ ਜ਼ਿਆਦਾ ਐਹਮੀਅਤ ਉਹਨਾਂ ਰਾਜਨੀਤਿਕ ਲੋਕਾਂ ਨੂੰ ਦਿੱਤੀ ਜਾਵੇ ਤੇ ਇਹ ਜਿਹੜੀ ਆ ਗੁਰਮਤ ਦੇ ਅਨੁਕੂਲ ਨਹੀਂ ਹੈ ਕੀ ਗੱਲ ਇਹ ਪ੍ਰਵਾਨ ਨਹੀਂ ਹੈਗੀ ਬਹੁਤ ਸਾਰੇ ਸਾਡੇ ਇਹੋ ਜਿਹੇ ਪ੍ਰਬੰਧਕ ਹੈਗੇ ਸਿੱਖ ਗੁਰਦੁਆਰਿਆਂ ਦੇ ਜਿਨ੍ਹਾਂ ਨੇ ਆ ਉਹ ਰਾਜਨੀਤਿਕਾਂ ਦੇ ਨਾਲ ਰਿਲੇਸ਼ਨ ਬਣਾਉਣੇ ਹੁੰਦੇ ਤੇ ਇਸ ਵਾਸਤੇ ਉਹ ਗੁਰਪ੍ਰਬੰਤਿ ਦਾ ਸਨਮਾਨਤ ਕਰਨ ਵਾਸਤੇ ਬੁਲਾਉਂਦੇ ਆ ਪਰ ਜਿਹੜਾ ਕਮਲਨਾਥ ਨੂੰ ਬੁਲਾਇਆ ਹੈ ਨਾ ਕਮਲਨਾਥ ਤੇ ਜਿਹੜਾ ਸਾਡੀ ਹਿਸਤਰੀ ਦੇ ਵਿੱਚ ਬਹੁਤ ਵੱਡਾ ਦਾਗ ਹੀ ਬੰਦਾ ਤੇ ਦੋਸ਼ੀ ਬੰਦਾ ਹੈਗਾ ਜਿਹੜਾ ਬੰਦਾ ਸਿੱਖ ਕਤਲੇਆਮ 1984 ਸਿੱਖ ਕਤਲੇਆਮ ਦੇ ਨਾਲ ਸਬੰਧਤ ਹੈਗਾ ਤੇ ਇਸ ਗੱਲ ਦਾ ਦੋਸ਼ੀ ਵੀ ਹੈਗਾ ਤੇ ਜਿਹੜਾ ਅੱਜ ਤੱਕ ਵੀ ਇਸੇ ਤਰ੍ਹਾਂ ਤੁਰਿਆ ਫਿਰਦਾ ਇਹਨੂੰ ਸਜ਼ਾ ਨਹੀਂ ਹੋਈ ਤੇ ਉਹ ਮੈਂ ਹੈਰਾਨ ਆ ਇਸ ਗੱਲ ਤੋਂ ਵੀ ਉਹ ਉਥੋਂ ਦੀ ਅੰਦਰ ਦੀ ਜਿਹੜੀ ਸਿੱਖ ਮੈਨੇਜਮੈਂਟ ਹੈਗੀ ਉਹਨਾਂ ਨੇ ਇਹ ਗਲਤੀ ਕੀਤੀ ਕਿਵੇਂ ਹੈਗੀ ਇਹ ਤੇ ਬਹੁਤੀ ਸਿਆਣਪ ਨਹੀਂ ਹੈਗੀ ਬਹੁਤ ਵੱਡੀ ਮੂਰਖਤਾ ਹੈਗੀ ਆ ਵੀ ਸਾਡੀ ਕੌਮ ਦਾ ਐਡਾ ਤਗੜਾ ਘਾਣ ਘਾਣ ਹੋਇਆ ਹੋਵੇ ਨੁਕਸਾਨ ਹੋਇਆ ਹੋਵੇ ਇਹ ਜਾਣਨ ਦੇ ਬਾਵਜੂਦ ਵੀ ਸਾਡੇ ਸਿੱਖ ਜਿਹੜੇ ਪ੍ਰਬੰਧਕ ਆ ਲੋਕ ਇਹੋ ਜਿਹੇ ਲੋਕਾਂ ਨੂੰ ਰਿਆ ਕੇ ਗੁਰਦੁਆਰਿਆਂ ਦੇ ਵਿੱਚ ਸਨਮਾਨਤ ਕਰਦੇ ਬੜੀ ਮਾੜੀ ਗੱਲ ਆ ਵੀ ਇਹ ਬਹੁਤ ਜ਼ਿਆਦਾ ਘਟੀਆ ਹਰਕਤ ਹੈਗੀ ਆ ਕਿਤੇ ਵੀ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਨਗਰ ਕੀਰਤਨ ਹੁੰਦੇ ਆ ਉੱਥੇ ਇਸ ਤਰ੍ਹਾਂ ਰਾਜਨੀਤਿਕ ਲੋਕਾਂ ਨੂੰ ਸਪੈਸ਼ਲ ਬਲਾ ਕੇ ਤੇ ਸੰਗਤ ਦੇ ਵਿੱਚ ਡਿਸਟਰਬੈਂਸ ਨਹੀਂ ਪੈਦਾ ਕਰਨੀ ਚਾਹੀਦੀ ਇੱਕ ਹੈਗਾ ਵੀ ਜੇ ਉਸ ਵਕਤੇ ਰਾਜਨੀਤਿਕ ਲੋਕ ਆਉਂਦੇ ਹੈਗੇ ਆ ਉਸ ਵਕਤ ਇਹਨਾਂ ਦੇ ਸਮਿਆਂ ਦੇ ਵਿੱਚ ਚੱਲਦਾ ਕੀਰਤਨ ਬੰਦ ਕਰਾ ਦਿੰਦੇ ਆ ਮੈਂ ਬਹੁਤ ਜਗ੍ਹਾ ਦੇਖਿਆ ਤੇ ਕਈ ਜਗ੍ਹਾ ਮੇਰੇ ਨਾਲ ਘਟਿਆ ਜਦੋਂ ਵੀ ਭਾਈ ਸਾਹਿਬ ਰੁਕੋ ਇਹਨਾਂ ਨੂੰ ਕੋਈ ਬੰਦਾ ਆਇਆ ਲੀਡਰ ਨੂੰ ਸਨਮਾਨਤ ਕਰਨਾ ਮੈਂ ਕਹਿੰਦਾ ਮੇਰੇ ਕੀਰਤਨ ਦੀ ਜਾਂਦੇ ਸਮਾਪਤੀ ਇੱਥੇ ਹੀ ਤੇ ਜੇ ਅਸੀਂ ਕੀਰਤਨ ਕਰ ਰਹੇ ਹਾਂ ਤੇ ਕੀਰਤਨ ਚੱਲਦਿਆਂ ਕੀਰਤਨ ਬੰਦ ਨਹੀਂ ਹੋਣਾ ਬਾਅਦ ਦੇ ਵਿੱਚ ਤੁਸੀਂ ਬਾਦ ਸਨਮਾਨਤ ਕਰੋ ਜਿਹਨੂੰ ਸਨਮਾਨਤ ਕਰਨਾ ਉਹਨੂੰ ਕਹੋ ਠੀਕ ਕਰ ਲਾ ਵੀ ਚੱਲਦਾ ਕੀਰਤਨ ਆਹੀ ਬੰਦ ਨਹੀਂ ਕਰਨਾ ਸਾਡੇ ਜੀਵਨ ਦੇ ਵਿੱਚ ਕਈ ਵਾਰ ਇਹ ਜੀਆਂ ਘਟਨਾਵਾਂ ਘਟ ਜਾਂਦੀਆਂ ਨੇ ਪਰ ਹਰ ਇੱਕ ਪ੍ਰਚਾਰਕ ਹਰ ਇੱਕ ਗੁਰੂ ਦੇ ਕੀਰਤਨੀਆਂ ਸਿੰਘ ਨੂੰ ਭਾਈ ਮਾਨਪ੍ਰੀਤ ਸਿੰਘ ਕਾਨਪੂਰੀ ਵਾਲਿਆਂ ਜਿਹੜਾ ਸਟੈਂਡ ਉੱਤੇ ਲਿਆ ਇਸ ਤਰ੍ਹਾਂ ਯੁਰਤ ਦਿਖਾਉਣੀ ਚਾਹੀਦੀ ਆ ਕਿਉਂਕਿ ਸਾਡਾ ਫਰਜ਼ ਬਣਦਾ ਵਾ ਅਸੀਂ ਗੁਰੂ ਦੇ ਸ਼ਬਦ ਦਾ ਖਾਣੇ ਆ ਤੇ ਸਾਡੇ ਪ੍ਰਚਾਰਕਾਂ ਨੂੰ ਤੇ ਖਾਸ ਤੌਰ ਤੇ ਗੁਰੂ ਨੂੰ ਸਮਰਪਿਤ ਹੋ ਕੇ ਇਹੋ ਜਿਹੇ ਮਸਲਿਆਂ ਦੇ ਵਿੱਚ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਇਹੋ ਜਿਹੇ ਲੋਕਾਂ ਦਾ ਜਿਹੜੇ ਇਹੋ ਜਿਹੇ ਗਲਤ ਕਦਮ ਚੁੱਕਦੇ ਆਗੇ ਆ ਜਿਹੜਾ ਭਾਈ ਮਾਨਪ੍ਰੀਤ ਸਿੰਘ ਕਾਨਪੂਰੀ ਨੇ ਉਥੇ ਇਸ ਗੱਲ ਦਾ ਸਟੈਂਡ ਲਿਆ ਅਸੀਂ ਭਾਈ ਮਾਨਪ੍ਰੀਤ ਸਿੰਘ ਕਾਨਪੂਰੀ ਨੂੰ ਸ਼ਾਬਾਸ਼ੀ ਦਿੰਦੇ ਆ ਤੇ ਇਸ ਤਰ੍ਹਾਂ ਸਾਰੇ ਕੀਰਤਨੀਆਂ ਨੂੰ ਸਾਰੇ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਜੁਰਤ ਦੇ ਵਿੱਚ ਮੈਦਾਨ ਦੇ ਵਿੱਚ ਨਿਤਰਨਾ ਚਾਹੀਦਾ ਮਹਾਰਾਜ ਦੇ ਚਰਨਾਂ ਦੇ ਵਿੱਚ ਇਸ ਜਿਹੜਾ ਅਲਰਟ ਹੋ ਕੇ ਨਾ ਸਮਰਪਿਤ ਹੋ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਆ ਵੀ ਸਾਡੇ ਘਰ ਨੂੰ ਕੋਈ ਸਨ ਨਾ ਲਾ ਜੇ ਮਹਾਰਾਜ ਦੀ ਕਿਰਪਾ ਕਰ ਅਨਸਾਰਿਆਂ ਨੂੰ ਸਮੱਤ ਬਖਸ਼ਣ ਸਾਨੂੰ ਜਿਹੜੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਹ ਗਲਤੀ ਕੀਤੀ ਹੈਗੀ ਆ ਉਹਨਾਂ ਨੂੰ ਵੀ ਮਹਾਰਾਜ ਸਮੱਤ ਬਖਸ਼ਣ ਹੈ ਤੇ ਸਾਡੇ ਸਿੱਖੀ ਹੈਗੇ ਆ ਗੁਰੂ ਸਾਹਿਬ ਉਹਨਾਂ ਨੂੰ ਸਮੱਤ ਬਖਸ਼ਣ ਜੇ ਉਹਨਾਂ ਨੂੰ ਗਲਤੀ ਹੋਈ ਆ ਇਸ ਗਲਤੀ ਦੀ ਉਹ ਸਾਰੀ ਕੌਮ ਤੋਂ ਮਾਫੀ ਮੰਗਲਣ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਮਾਫੀ ਮੰਗਣੀ ਹੈ ਗੁਰੂ ਦੇ ਪੰਥ ਕੋਲੋਂ ਮੰਗਣੀ ਹੈਗੀ ਆ ਵੀ ਉਹ ਸਾਰੀ ਸੰਗਤ ਕੋਲੋਂ ਮੀਡੀਆ ਦੇ ਵਿੱਚ ਆ ਕੇ ਮਾਫੀ ਮੰਗ ਲੈਣ ਤੇ ਸੰਗਤ ਨੇ ਮaaf ਕਰ ਦੇਣਾ ਗਾਂ ਤੋਂ ਕਹਿ ਦੇਣਾ ਪ੍ਰਾਨ ਕਰ ਲੈਣ ਵੀ ਇਹ ਗਾਂ ਵਾਰਸੇ ਇਹੋ ਜੀ ਗਲਤੀ ਨਹੀਂ ਕਰਨੀ ਤੇ ਇਹੋ ਜੀ ਗਲਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਕੌਮ ਨੂੰ ਇੱਫਾਗ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਾਸੀਆਂ ਗਲਤੀਆਂ ਖਿਮਾ ਕਰਿਓ ਜੀ ਵਾਹਿਗੁਰੂ ਜੀ ਕਰਦਾ ਰਹਾ ਸਾਹਿਬ ਕੋਈ